ਮੈਂ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਬਿਜਲੀ ਸੰਕਟ ਗਹਿਰਾਂਦਾ ਜਾ ਰਿਹਾ ਹੈ। ਕਈ ਇਲਾਕਿਆਂ ਦੇ ਵਿੱਚ ਅੱਜ ਬਿਜਲੀ ਪ੍ਰਭਾਵਿਤ ਰਹੇਗੀ। ਸੋ ਪਾਵਰਕੌਮ ਬੁਲਾਰੇ ਦੇ ਮੁਤਾਬਕ ਸ਼ਹਿਰ 'ਚ 10 ਅਕਤੂਬਰ ਯਾਨੀ ਕਿ ਅੱਜ ਸੋਮਵਾਰ ਤੋਂ ਬਿਜਲੀ ਦੀਆਂ ਤਾਰਾਂ ਦੇ ਉਪਕਰਨ ਜੋ ਠੀਕ ਠਾਕ ਕਰਨੀਆਂ ਨੇ ਤਾਂ ਇਸ ਚੀਜ਼ ਨੂੰ ਲੈ ਕੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਰਹੇਗੀ। ਇਸ ਲਈ ਲੋਕਾਂ ਨੂੰ ਸਵੇਰੇ 10 ਵਜੇ ਤੋਂ ਪਹਿਲਾਂ ਹੀ ਆਪਣਾ ਜ਼ਰੂਰੀ ਕੰਮ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਸ ਤਹਿਤ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਨਿਊ ਕਿਚਲੂ ਨਗਰ ਦੇ ਬਲਾਕ ਏ ਬੀ ਸੀ ਡੀ ਅਤੇ ਸ਼ਰਮਨ ਵਾਟਿਕਾ 1 ਅਤੇ 2 ਆਰ ਐੱਸ ਪੁਰਮ ਕ੍ਰਿਸ਼ਨਾ ਨਗਰ ਅਲਟੋਸ ਨਗਰ ਆਤਮਾ ਰੂਪ ਇਨਕਲੇਵ ਰਾਧਾ ਸਵਾਮੀ ਸਤਸੰਗ ਘਰ ਹੰਬੜਾ ਰੋਡ 'ਤੇ ਬਿਜਲੀ ਬੰਦ ਰਹੇਗੀ। ਗੌਰਤਲਬ ਹੈ ਕਿ ਗਰਮੀਆਂ ਦੇ ਵਿੱਚ ਮੌਸਮ ਅਕਸਰ ਸ਼ਹਿਰ ਦੇ ਵਿੱਚ ਬਿਜਲੀ ਕਟੌਤੀ ਹੁੰਦੀ ਹੈ ਇਸ ਦਾ ਸਭ ਤੋਂ ਜ਼ਿਆਦਾ ਖਾਮਿਆਜ਼ਾ ਇੰਡਸਟਰੀ ਨੂੰ ਭੁਗਤਣਾ ਪੈਂਦਾ ਹੈ। ਪਰ ਹੁਣ ਸਰਦੀਆਂ 'ਚ ਪਾਵਰ ਕੱਟ 'ਤੇ ਲੋਕਾਂ ਨੂੰ ਨਾਲ ਦੇ ਨਾਲ ਉਦਯੋਗ ਜਗਤ ਨੂੰ ਰਾਹਤ ਮਿਲ ਸਕਦੀ ਹੈ। ਸਰਦੀਆਂ ਦੇ ਵਿੱਚ ਡਿਮਾਂਡ ਅਤੇ ਸਪਲਾਈ ਦੇ ਵਿੱਚ ਵੀ ਕਾਫੀ ਜ਼ਿਆਦਾ ਅੰਤਰ ਆ ਜਾਂਦਾ ਹੈ। ਇਸ ਵਾਰ ਵਰਖਾ ਦੇ ਕਾਰਨ ਮੌਸਮ 'ਚ ਬਦਲਾਵ ਦੇਖਣ ਨੂੰ ਮਿਲ ਰਿਹਾ। ਸਰਦੀ ਦੇ ਵਿੱਚ ਬਿਜਲੀ ਦੀ ਡਿਮਾਂਡ ਸ਼ਹਿਰ ਦੇ ਵਿੱਚ ਅਕਸਰ ਹੈ ਜੋ ਘੱਟ ਜਾਂਦੀ ਹੈ। ਸੋ ਦੱਸ ਦਈਏ ਕਿ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਜੋ ਬੰਦ ਰਹੇਗੀ ਜਿਸ ਨਾਲ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਰਾਹਤ ਵਾਲੀ ਗੱਲ ਤਾਂ ਇਹ ਹੈ ਕਿ ਜਿਵੇਂ ਕਿ ਮੌਸਮ ਪੈ ਰਿਹਾ ਮੌਸਮ ਠੰਡਾ ਹੋ ਗਿਆ ਤਾਂ ਹੁਣ ਲੋਕਾਂ ਨੂੰ ਪੱਖੇ ਏਸੀ ਕੂਲਰ ਦੀ ਜ਼ਰੂਰਤ ਹੈ ਜੋ ਕਾਫੀ ਹੱਦ ਤੱਕ ਘੱਟ ਗਈ ਹੈ। ਲੋਕ ਬਿਨਾਂ ਇਸ ਚੀਜ਼ ਤੋਂ ਵੀ ਹੁਣ ਆਪਣਾ ਗੁਜ਼ਾਰਾ ਹੈ ਜੋ ਚਲਾ ਸਕਦੇ ਹੈ। ਪਰ ਦੱਸ ਦਈਏ ਕਿ ਕਈ ਥਾਵਾਂ 'ਤੇ ਜੋ ਤਾਰਾਂ ਠੀਕ ਕਰਨੀਆਂ ਨੇ ਸੋ ਇਸ ਨੂੰ ਲੈ ਕੇ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਜੋ ਬੰਦ ਰਹੇ।